ਦੀ ਗੱਲ ਹੈਗੀ ਕਿ ਇੰਨੀ ਵੱਡੀ ਸ਼ਤਾਬਦੀ, ਖੂਨੀ ਸਾਕਾ ਦੀ ਸ਼ਤਾਬਦੀ ਹੋਏ 100 ਸਾਲਾਂ ਦੀ, ਜਿੱਥੇ ਆਜ਼ਾਦੀ ਦੀ ਲੜਾਈ ਦਾ ਖੂਨ ਖੋਲਣ ਲੱਗਿਆ ਸੀ ਜਦ ਜ਼ਾਲਿਮ ਬ੍ਰਿਟਿਸ਼ ਸਰਕਾਰ ਨੇ ਨਿਹੱਤੇ ਬੇਕਸੂਰਾਂ ਦੇ ਉੱਤੇ ਇਸ ਤਰ੍ਹਾਂ ਗੋਲੀ ਚਲਾ ਕੇ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਖਤਮ ਕਰਤਾ ਸੀ, ਤਾਂ ਜਦ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਉੱਥੇ ਪਹੁੰਚਦੇ ਨੇ ਇਸ ਖੂਨੀ ਸਾਕੇ ਦੇ 100 ਸਾਲਾਂ ਵਿੱਚ ਸ਼ਰਧਾਂਜਲੀ ਦੇਣ ਵਾਸਤੇ, ਅਤੇ ਜਿਹੜਾ ਪ੍ਰੋਟੋਕੋਲ ਹੁੰਦਾ ਹੈ ਕਿ ਸੂਬੇ ਦਾ ਮੁੱਖ ਮੰਤਰੀ ਉੱਥੇ ਪ੍ਰੈਜੈਂਟ ਹੋਏ, ਉਹ ਸੂਬੇ ਦੀ ਮੁੱਖ ਮੰਤਰੀ ਉਸ ਗਾਂਧੀ ਪਰਿਵਾਰ ਦੀ ਖਿਦਮਤ ਵਿੱਚ ਇੰਨੇ ਰੁਝੇ ਹੋਏ ਸੀ ਜਿਸ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖਾਂ ਨੂੰ ਨਸਲਕੁਸ਼ੀ ਤੋਂ ਲੈ ਕੇ ਅਕਾਲ ਤਖਤ ਸਾਹਿਬ ਦੇ ਹਮਲੇ 'ਚ ਕੋਈ ਕਸਰ ਨਹੀਂ ਛੱਡੀ, ਅਤੇ ਦੇਸ਼ ਦੇ ਜਿਹੜੇ ਉਪ ਰਾਸ਼ਟਰਪਤੀ ਹੈਗੇ ਉਹਨਾਂ ਦੇ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਨਹੀਂ ਹੋਏ। ਮੈਂ ਸਮਝਦੀ ਹਾਂ ਇਹ ਦੇਸ਼ ਦਰੋਹੀਆਂ ਦਾ ਸਾਥ ਦੇ ਕੇ, ਉਹੋ ਜਿਹੀ ਤਾਕਤਾਂ ਦਾ ਸਾਥ ਦੇ ਕੇ ਜਿਹੜੇ ਸਿੱਖਾਂ ਦੇ ਦੁਸ਼ਮਣ ਨੇ, ਅਤੇ ਕਿਤੇ ਨਾ ਕਿਤੇ ਬਹੁਤ ਵੱਡੀ ਇਹਨਾਂ ਨੇ ਇਨਸਲਟ ਕੀਤੀ ਹੈ ਉਪ ਰਾਸ਼ਟਰਪਤੀ ਦੀ, ਕਿਉਂਕਿ ਉਪ ਰਾਸ਼ਟਰਪਤੀ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇ, ਉਹ ਦੇਸ਼ ਦੇ ਇੱਕ ਹੈੱਡ ਹੁੰਦੇ ਨੇ, ਅਤੇ ਉਹਨਾਂ ਦੇ ਪ੍ਰੋਗਰਾਮ ਵਿੱਚ ਨਾ ਸ਼ਾਮਿਲ ਹੋ ਕੇ ਕਾਂਗਰਸ ਨੇ ਸਾਬਿਤ ਕਰ ਦਿੱਤਾ ਹੈ ਕਿ ਇਹਨਾਂ ਵਾਸਤੇ ਕੁਰਸੀ ਅਤੇ ਗਾਂਧੀ ਪਰਿਵਾਰ ਹੀ ਮਾਈ ਬਾਪ ਹੈਗਾ, ਅਤੇ ਦੇਸ਼ ਦਾ ਭਾਵੇਂ ਪ੍ਰਧਾਨ ਮੰਤਰੀ ਹੋਏ, ਰਾਸ਼ਟਰਪਤੀ ਹੋਏ, ਉਪ ਰਾਸ਼ਟਰਪਤੀ, ਉਹਨਾਂ ਵਾਸਤੇ ਕੋਈ ਮਾਇਨਾ ਹੀ ਨਹੀਂ।